ਤੁਸੀਂ ਦੱਸੋ ਭਾਈ ਜਸਵੰਤ ਸਿੰਘ ਨੇ ਕਿਹੜਾ ਹਥਿਆਰ ਚੱਕਿਆ, ਕਿਹੜੀ LMG ਭਾਈ ਜਸਵੰਤ ਸਿੰਘ ਕੋਲ ਸੀ, ਕਿਹੜੀ AK-47 ਚੱਕੀ ਸੀ? ਸਿਰਫ ਇੰਨਾ ਕੰਮ ਕੀਤਾ, ਜਿਹੜੀਆਂ ਲਾਸ਼ਾਂ ਪੁਲਿਸ ਨੇ ਹਕੂਮਤ ਦੇ ਸ਼ਹਿਰ ਦੇ ਉੱਤੇ ਖੁਰਦ ਬੁਰਦ ਕੀਤੀਆਂ ਸੀ, ਜਿਹੜੀਆਂ ਲਾਸ਼ਾਂ ਉਹਨਾਂ ਨੇ ਅਣਪਛਾਤੀਆਂ ਕਹਿ ਕੇ ਸਾੜੀਆਂ ਸੀ, ਉਹਨਾਂ 25,000 ਲਾਸ਼ਾਂ ਦਾ ਵੇਰਵਾ ਇਕੱਠਾ ਕਰ ਲਿਆ ਤੇ ਵੇਰਵਾ ਇਕੱਠਾ ਕਰਕੇ ਦੁਨੀਆਂ ਦੇ ਸਾਹਮਣੇ ਰੱਖ ਦਿੱਤਾ ਵੀ ਹਿੰਦੁਸਤਾਨ ਦੀ ਹਕੂਮਤ ਸਿੱਖਾਂ ਤੇ ਆਹ ਜ਼ੁਲਮ ਕਰ ਰਹੀ ਹੈ। ਸਿਰਫ ਇੰਨਾ ਗਨਾਹ ਸੀ ਭਾਈ ਜਸਵੰਤ ਸਿੰਘ ਖਾਲੜਾ ਦਾ। ਔਰ ਇਹਨਾਂ ਨੇ ਕੀ ਕੀਤਾ, ਜਿਹੜੀ ਜਮਹੂਰੀਅਤ ਖਵਾਉਂਦੀ ਹੈ, ਜਿਹੜੇ ਸਾਨੂੰ ਕਹਿੰਦੇ ਸੀ ਵੀ ਹਥਿਆਰ ਨਾ ਚੁੱਕ ਤੇ ਜ਼ੁਲਮ ਨਾ ਹੁੰਦਾ, ਇਹਨਾਂ ਨੇ ਕਿਹਾ ਵੀ ਭਾਈ ਜਸਵੰਤ ਸਿੰਘ ਖਾਲੜਾ ਨੂੰ ਕਹਿੰਦੇ ਸੀ ਵੀ ਤੈਨੂੰ 25,000 ਇੱਕ ਲਾਸ਼ ਤੇਰੀ ਹੋਊਗੀ, 25,000 ਦੇ ਉੱਤੇ ਜਦੋਂ ਇੱਕ ਪਊਗਾ। ਇਹੋ ਹੀ ਕੰਮ ਕੀਤਾ, ਅਗਵਾ ਕਰਕੇ ਘਰੋਂ ਭਾਈ ਜਸਵੰਤ ਸਿੰਘ ਖਾਲੜਾ ਨੂੰ ਸ਼ਹੀਦ ਕਰ ਦਿੱਤਾ। ਤੇ ਅੱਜ ਜਿਹੜੇ KPS ਗਿੱਲ ਵਰਗੇ ਬੁੱਚੜ ਨੇ ਕੰਮ ਕੀਤਾ, ਉਹਦਾ ਭਰਾ ਇੰਟਰਵਿਊ ਦੇ ਕੇ